ਵਿਸ਼ਵ ਚੈਂਪੀਅਨਸ਼ਿਪ ਆਫ ਲੈਜੈਂਡ 2024 ਦੇ ਫਾਈਨਲ ਵਿੱਚ ਭਾਰਤ ਚੈਂਪੀਅਨਸ ਨੇ ਪਾਕਿਸਤਾਨ ਚੈਂਪੀਅਨਸ ਨੂੰ ਹਰਾ ਕੇ ਖਿਤਾਬ ਜਿੱਤ ਲਿਆ ਹੈ। ਜਿਸ ਤਰ੍ਹਾਂ ਟੀਮ ਇੰਡੀਆ ਨੇ ICC ਟੂਰਨਾਮੈਂਟ ਵਿੱਚ ਪਾਕਿਸਤਾਨ ਖਿਲਾਫ ਆਪਣਾ ਦਬਦਬਾ ਜਾਰੀ ਰੱਖਿਆ, ਉਸੇ ਤਰ੍ਹਾਂ ਭਾਰਤ ਚੈਂਪੀਅਨਸ ਨੇ ਪਾਕਿਸਤਾਨ 'ਤੇ ਆਪਣਾ ਦਬਦਬਾ ਬਰਕਰਾਰ ਰੱਖਿਆ ਅਤੇ ਵਿਸ਼ਵ ਚੈਂਪੀਅਨਸ਼ਿਪ ਆਫ ਲੈਜੈਂਡ 2024 ਨੂੰ ਜਿੱਤਿਆ। ਬਾਈਕੀ ਰਾਇਡੂ ਨੇ ਇੰਡੀਆ ਚੈਂਪੀਅਨਸ ਲਈ ਸ਼ਾਨਦਾਰ ਪਾਰੀ ਖੇਡੀ ਅਤੇ 30 ਗੇਂਦਾਂ 'ਚ 50 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 50 ਦੌੜਾਂ ਬਣਾਈਆਂ, ਜਿਸ ਲਈ ਉਹਨਾਂ ਨੂੰ ਪਵੇਲੀਅਨ ਆਫ ਦੀ ਮੈਚ ਦਾ ਖਿਤਾਬ ਦਿੱਤਾ ਗਿਆ। ਐਡਵੈਸਟਨ ਬਰਮਿੰਗਮ ਵਿੱਚ ਖੇਡੇ ਗਏ ਮੈਚ ਵਿੱਚ ਪਾਕਿਸਤਾਨ ਚੈਂਪੀਅਨਸ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ 20 ਓਵਰਾਂ ਵਿੱਚ 6 ਵਿਕਟਾਂ 'ਤੇ 156 ਦੌੜਾਂ ਬਣਾਈਆਂ। ਇਸ ਦੌਰਾਨ ਭਾਰਤ ਲਈ ਅਨੁਰੀਤ ਸਿੰਘ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ। ਫਿਰ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਚੈਂਪੀਅਨਸ ਨੇ 19.1 ਓਵਰਾਂ ਵਿੱਚ 5 ਵਿਕਟਾਂ 'ਤੇ 159 ਦਾ ਸਕੋਰ ਬਣਾ ਕੇ ਜਿੱਤ ਦਰਜ ਕੀਤੀ। ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਚੈਂਪੀਅਨਸ ਦੀ ਸ਼ੁਰੂਆਤ ਚੰਗੀ ਰਹੀ। ਰੋਬਿਨ ਅਥੱਪਾ ਅਤੇ ਅੰਬਾਈਕੀ ਰਾਜੂ ਨੇ ਪਹਿਲੀ ਵਿਕਟ ਲਈ 34 ਦੌੜਾਂ ਦੀ ਸਾਂਝੇਦਾਰੀ ਕੀਤੀ, ਜੋ 3 ਓਵਰ ਦੀ 4 ਗੇਂਦ 'ਤੇ ਖਤਮ ਹੋ ਗਈ। ਉਥੱਪਾ 1 ਚੌਕੇ ਦੀ ਮਦਦ ਨਾਲ 8 ਗੇਂਦਾਂ 'ਚ 10 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਿਆ। ਫਿਰ ਉਸੇ ਓਵਰ ਦੀ ਆਖਰੀ ਗੇਂਦ 'ਤੇ ਸੁਰੇਸ਼ ਰੈਨਾ 4 ਰਨ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਅੰਬਾਈਕੀ ਰਾਜੂ ਅਤੇ ਗੁਰਕੀਰਤ ਸਿੰਘ ਮਾਨ ਨੇ ਕੁਝ ਸਮਾਂ ਪਾਰੀ ਨੂੰ ਸੰਭਾਲਿਆ ਅਤੇ ਫਿਰ 12ਵੇਂ ਓਵਰ ਦੀ ਪਹਿਲੀ ਗੇਂਦ 'ਤੇ ਭਾਰਤੀ ਚੈਂਪੀਅਨਸ ਨੂੰ ਤੀਜਾ ਝਟਕਾ ਲੱਗਾ, ਜਦੋਂ ਅੰਬਾਈਕੀ ਰਾਜੂ ਆਊਟ ਹੋ ਗਏ। ਰਾਇਡੂ ਨੇ 30 ਗੇਂਦਾਂ 'ਚ 5 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 50 ਦੌੜਾਂ ਬਣਾਈਆਂ। ਫਿਰ ਟੀਮ ਨੂੰ ਚੌਥਾ ਝਟਕਾ 13ਵੇਂ ਓਵਰ ਦੀ 4 ਗੇਂਦ 'ਤੇ ਗੁਰਕੀਰਤ ਸਿੰਘ ਦੇ ਰੂਪ 'ਚ ਲੱਗਾ। ਗੁਰਕੀਰਤ ਨੇ 33 ਦੌੜਾਂ ਵਿੱਚ 2 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 34 ਦੌੜਾਂ ਬਣਾਈਆਂ। ਫਿਰ ਟੀਮ ਨੂੰ 150 ਦੌੜਾਂ ਦੇ ਸਕੋਰ 'ਤੇ 5ਵਾਂ ਝਟਕਾ ਯੂਸਫ ਪਠਾਨ ਦੇ ਰੂਪ 'ਚ ਲੱਗਾ, ਜੋ 19ਵੇਂ ਓਵਰ ਦੀ ਦੂਜੀ ਗੇਂਦ 'ਤੇ ਪਵੇਲੀਅਨ ਪਰਤ ਗਏ। ਫਿਰ ਇੱਥੋਂ ਕਪਤਾਨ ਯੁਵਰਾਜ ਸਿੰਘ ਨੇ 15 ਅਤੇ ਇਰਫਾਨ ਪਠਾਨ ਨੇ 5 ਦੌੜਾਂ ਦੀ ਪਾਰੀ ਖੇਡੀ ਅਤੇ ਭਾਰਤ ਨੂੰ ਜਿੱਤ ਦੀ ਰੇਖਾ ਪਾਰ ਕਰਾ ਦਿੱਤੀ। ਬਿਊਰੋ ਰਿਪੋਰਟ, ਚੜ੍ਹਦੀ ਕਲਾ ਟਾਈਮ TV।